ਸਾਰੇ ਮੇਰੇ ਵਿਊਅਰਸ ਦੇ ਚਾਹਨੇ ਵਾਲਿਆਂ ਦੇ ਸਜਣਾ ਬੇਲੀਆਂ ਦੇ ਮਾਸੀ ਦੀ ਰਸੋਈ ਚਾਹ ਜੀ ਇੱਕ ਹੋਰ ਬੜੀ ਅੱਛੀ ਰੈਸਪੀ ਇਹਨਾਂ ਨਾਲ ਹਾਜ਼ਰ ਹੋਈ ਹਾਂ ਅਤੇ ਜੀ ਅੱਜ ਮੈਂ ਬਣਾ ਰਹੀ ਹਾਂ ਜੀ ਬੀਫ ਟਿੱਕਾ ਬੀਫ ਟਿੱਕਾ ਵਾਸਤੇ ਮੈਂ ਗੋਸ਼ਟ ਰਲਿਆ ਵੈ ਇਹ ਹੈ 1.5 ਕਿਲੋ ਔਰ ਇਸ ਜਿਹੜੀ ਬੋਟੀ ਲਈ ਹੈ ਦਰਮਿਆਨੇ ਸਾਈਜ਼ ਦੀ ਹੈ ਇਹਨੂੰ ਤਕਰੀਬਨ ਹੈ ਸਾਈਜ਼ 30 ਛੋਟਾ ਸਾਈਜ਼ 'ਤੇ ਰਹਿਣਾ ਵਰਨਾ ਸੀਖ ਲਗਾਉਣਾ ਇਹਨੂੰ ਮੁਸ਼ਕਿਲ ਹੋ ਜਾਂਦਾ ਵੈ ਔਰ ਮਸਾਲਾ ਜਾ ਤੋਂ ਪਹਿਲਾਂ ਅਸੀਂ ਤਿਆਰ ਕਰਨੇ ਆ ਔਰ ਕੁਆਂਟਿਟੀ ਵੀ ਨਾਲ ਤੁਹਾਨੂੰ ਦੱਸਦੀ ਜਾਂਦੀ ਹਾਂ ਔਰ ਇਸ ਗੋਸ਼ਤ ਨੂੰ ਮੈਂ ਪਹਿਲੇ ਨਮਕ ਔਰ ਸਿਰਕਾ ਲਗਾ ਕੇ ਅੱਛੀ ਤਰ੍ਹਾਂ ਧੋਤਾ ਸੀ ਧੋ ਕੇ ਪਾਣੀ ਅੱਛੀ ਤਰ੍ਹਾਂ ਖੁਸ਼ ਕਰ ਲਿਆ ਹੁਣ ਦੇਖੋ ਫੁਲਕੋ ਇਹਦੇ 'ਚ ਪਾਣੀ ਮੌਜੂਦ ਨਹੀਂ ਹੈ ਬਿਲਕੁਲ ਐਂ ਛੱਲਣੀ 'ਚ ਰੱਖ ਦਿਓ ਘੰਟਾ ਸਾਰਾ ਅੱਛੀ ਤਰ੍ਹਾਂ ਪਾਣੀ ਵਿੱਚ ਜਾਏ ਜੀ ਇਹ ਸਭ ਤੋਂ ਪਹਿਲਾਂ ਅਸੀਂ ਇੱਕ ਪਿਆਲੇ ਸਾਰੇ ਮਸਾਲੇ ਮਿਕਸ ਕਰਨੇ ਆ ਔਰ ਪਹਿਲਾਂ ਮੈਂ ਲੈ ਰਹੀ ਹਾਂ ਦਹੀਂ ਇਹ ਦਹੀਂ ਹੈ ਇੱਕ ਪਿਆਲੀ ਦਹੀਂ ਵਿੱਚ ਮੈਂ ਸ਼ਾਮਿਲ ਕਰ ਸਾਂ ਲਸਣ ਅਦਰਕ ਦਾ ਪੇਸਟ ਜਿਹੜਾ 2 ਟੀਸਪੂਨ ਹੈ 2 ਟੇਬਲਸਪੂਨ ਸਾਰੇ ਜਿੰਨੇ ਮੈਂ ਮਸਾਲਾ ਜਾਤ ਯੂਜ਼ ਕਰ ਰਹੀ ਹਾਂ ਸਾਰੇ ਤਕਰੀਬਨ ਟੇਬਲ ਸਪੂਨ ਦੇ ਹਿਸਾਬ ਨਾਲ 1 ਕਿਲੋ ਅਗਰ ਬੀਫ ਹੋਏਗਾ ਤਾਂ 1 ਟੇਬਲਸਪੂਨ ਦਾ ਰੇਸ਼ੋ ਹੋਏਗਾ ਸਾਡੇ ਮਸਾਲਾ ਜਾਤ ਦਾ ਔਰ ਅਗਰ ਕਿਉਂਕਿ 1.5 ਕਿਲੋ ਹੈ ਤਾਂ ਇਸ ਵਾਸਤੇ ਸਾਰਾ ਜਿਹੜਾ ਹੈ ਇਹ 1.5 ਟੇਬਲਸਪੂਨ ਦੇ ਹਿਸਾਬ ਨਾਲ ਮੇਰਾ ਰੇਸ਼ੋ ਚੱਲ ਰਿਹਾ ਹਾਂਜੀ 1.5 ਟੇਬਲਸਪੂਨ ਹੈ ਖੁਸ਼ਕ ਧਨੀਆ ਜ਼ੀਰਾ ਪਾਊਡਰ ਇਸ ਮੈਂ ਜ਼ੀਰੇ ਨੂੰ ਮੋਟਾ ਮੋਟਾ ਕੁੱਟ ਲਿਆ ਸੀ ਕ੍ਰਸ਼ ਨਹੀਂ ਕੀਤਾ ਬਿਲਕੁਲ ਬਾਰੀਕ ਪਾਊਡਰ ਫਾਰਮ 'ਚ ਲੈ ਕੇ ਆਉਣਾ ਗਰਮ ਮਸਾਲਾ 1.5 ਟੇਬਲਸਪੂਨ ਅਸਾਂ ਬਸ ਮਿਰਚ ਜਿਹੜੀਆਂ ਨੇ 8 ਤੋਂ ਲੈ ਕੇ 10 ਮੈਂ ਇਹ ਲੈ ਕੇ ਦੇ ਆਇਆ ਉਹਨੂੰ ਮੋਟਾ ਮੋਟਾ ਕੁੱਟ ਲਿਆ ਪੈਪਰਿਕਾ ਪਾਊਡਰ ਇਹ ਜਿਹੜਾ ਹੈ ਇਹ 1 ਟੀਸਪੂਨ ਹੈ ਇਹ ਮਸਟਰਡ ਪਾਊਡਰ ਹੈ ਹੁਣ ਇਹ ਨਮਕ ਮਿਰਚ ਦਾ ਹਿਸਾਬ ਹੈ ਦੜਾ ਮਿਰਚ ਮੈਂ 1.5 ਟੇਬਲਸਪੂਨ ਲਈ ਹੈ ਮਿਰਚ ਪੀਸੀ ਹੋਈ 1 ਟੇਬਲਸਪੂਨ ਲਈ ਹੈ ਔਰ ਨਮਕ ਜਿਹੜਾ ਵੈ ਉਹ 1 ਟੇਬਲਸਪੂਨ ਲਿਆ ਵੈ ਨਮਕ ਜਿਹੜਾ ਆਪਣੀ ਟੇਸਟ ਦੇ ਹਿਸਾਬ ਨਾਲ ਲੈਣਾ ਔਰ ਚਾਹੇ ਤੁਸੀਂ ਅਗਰ ਕਮੀ ਬੇਸ਼ੀ ਹੈ ਤਾਂ ਉਸਨੂੰ ਪੂਰਾ ਕਰ ਸਕਦੇ ਮਸਟਰਡ ਪੇਸਟ ਮੇਰੇ ਕੋਲ ਮੌਜੂਦ ਨਹੀਂ ਸੀ ਤਾਂ ਮਸਟਰਡ ਪਾਊਡਰ ਮੈਂ ਉਡਾ ਰਹੀ ਹਾਂ ਇਹ 1/2 ਟੇਬਲਸਪੂਨ ਜਾਏਗਾ ਜ਼ਰਦਾ ਰੰਗ ਹੈ ਜਿਹੜਾ ਇੱਕ ਚੁਟਕੀ ਦੇ ਹਿਸਾਬ ਨਾਲ ਜਾਏਗਾ ਔਰ ਇਹ ਲੀਮੂ ਦਾ ਜਿਹੜਾ ਜੂਸ ਹੈ ਇਹ ਮੈਂ 6-7 ਲੀਮੂ ਸੁਣਨਾ ਦਾ ਮੈਂ ਇਹ ਜੂਸ ਕੱਢ ਲਿਆ ਤਿੰਨ 4 ਟੇਬਲਸਪੂਨ ਇਹ ਆਇਲ ਚਲਾ ਜਾ ਸੀ ਕਚਰੀ ਪਾਊਡਰ ਜਿਹੜਾ ਵਾ 1 ਚਮਚ ਪਾਇਆ ਵਾ ਕਿ ਤਕਰੀਬਨ 2 ਕਿਲੋ 'ਚ ਇਹ 1 ਚਮਚ ਸਾਬ ਜਾਂਦਾ ਔਰ ਮੈਂ 1.5 ਕਿਲੋ 'ਚ 1 ਚਮਚ ਪਾਇਆ ਹਾਂਜੀ ਮਸਾਲਾ ਜਾਤ ਹੈ ਮਿਕਸ ਹੋ ਗਏ ਇਹ ਹੁਣ ਮੈਂ ਸੀ ਇਹਨਾਂ ਨੂੰ ਇਹ ਟਿੱਕਾ ਰੋਟੀ ਤਿਆਰ ਕੀਤੀ ਅਸੀਂ ਇਹਦੇ ਉੱਪਰ ਲਗਾ ਦੇ ਸਾਂ ਜਾ ਸਾਰੇ ਹੀ ਜ਼ਬਰਦਸਤ ਕਿਸਮ ਦੇ ਫਰੈਸ਼ ਖੁਸ਼ਬੂ ਉਹਨਾਂ ਦੀ ਆ ਰਹੀ ਹੈ ਬਿਹਤਰ ਕਿ ਮੈਂ ਹੱਥਾਂ ਨਾਲ ਮਿਕਸ ਕਰਾਂ ਹੱਥ ਜਿਹੜੇ ਅੱਛੀ ਤਰ੍ਹਾਂ ਧੋ ਲਏ ਸੁਣੇ ਸਾਬਣ ਨਾਲ ਹਮੇਸ਼ਾ ਆਪਣੇ ਕੁਕਿੰਗ ਦਾ ਆਗਾਜ਼ ਕਰੋ ਅਤੇ ਸਾਬਣ ਨਾਲ ਆਪਣੇ ਹੱਥਾਂ ਨੂੰ ਧੋ ਕੇ ਫਿਰ ਆਪਣਾ ਕੰਮ ਕਰੋ ਸਫਾਈ ਨਿਸਵੀਮਾਨ ਹੈ ਔਰ ਸਫਾਈ ਹੀ ਸਾਡੀ ਸਿਹਤ ਦੀ ਜ਼ਮਾਨ ਹੈ ਹਾਂਜੀ ਵੀਵਰਸ ਬੜੀ ਪਿਆਰੀ ਖੁਸ਼ਬੂ ਆ ਰਹੀ ਹੈ ਮਸਾਲਿਆਂ ਦੀ ਮਸਾਲਾ ਅੱਛੀ ਤਰ੍ਹਾਂ ਮੈਂ ਲਗਾ ਦਿੱਤਾ ਔਰ ਇਸਨੂੰ ਅਸੀਂ ਫਰਿੱਜ ਦੇ ਨਿਚਲੇ ਹਿੱਸੇ 'ਚ ਰੱਖ ਸਾਂ ਤਕਰੀਬਨ 8 ਘੰਟਿਆਂ ਵਾਸਤੇ
7-8 घंटे प्यार रहेगा, अच्छी तरह फिर टेंडर हो जाएगा, फिर सी सिखा तक लगा सकेगा। ठीक है, जो मिल सा 7-8 घंटे बाद सिखा पर मैं तिक्के लगा दिते। बीफ टिक्का थोड़ी देर ना गलता है, आहिस्ता आहिस्ता पलटाते जासा। तकरीबन 30 से 35 मिनट के अंदर ये टिक्का तैयार होएगा। तकरीबन 20 मिनट हो गए तिक्के लगे हैं, 20 मिनट बाद जो है ना आयल न ब्रशिंग करनी है। बड़ी प्यारी खुशबू उठ रही है। हाँ जी, बस देखो जी तिक्के बन के तैयार हो चुके हैं। तकरीबन 30 से 35 मिनट लगे, 30 से 35 मिनट में सीखा उतार ली हैं और बहुत ज़बरदस्त किस्म का टेस्ट है। बिस्मिल्लाहिर्रहमानिर्रहीम जी, बहुत अच्छा मसाला है, ज़बरदस्त टेस्ट। उम्मीद है रेसिपी तुम बहुत पसंद आई होगी। इंशाल्लाह कर किसी अच्छी रेसिपी ना हाजिर हो सा। तब तक दो इजाज़त, रब रखा, अल्लाह हाफिज़।